लो मित्रों, हरियाणे वाला सुल्तान तुसी सारे ने ना सुनिया होगा, जिहदी कीमत कदे लगी सी 6 करोड़ रुपया। आ जिहड़ा सान तुहानू असी दिखा रहे हां, इह माझे दे विच जिला तरन तारण दे इक पिंड कच्चे पक्के दे विच मौजूद आ। ते इह सुल्तान उसे सुल्तान दा पुत्र दसिया जांदा है। इहदा नाम बाबे ने सुल्तान दी किंग रखिया। 3.5 साल दी उम्र है ते 12 क्विंटल इस सान दा भार। ते आजो तुहानू कराउने आ बाबे दे नाल गल्लां बातां ते जानदे आ इस सुल्तान दी किंग सान बारे। सुरखाब टीवी देख रहे हो ते मैं हां गुरदयाल सिंह। ते अज पशु पालक मेले दे विच पहुंचे हां ते इस वेले ना बाबा जी साडे नाल ने, जो एक सुल्तान किंग नां दा सान जिहड़ा उह लै के आए ने। आजो बाबे दे नाल करदे आं गल्लां बातां ते जानदे आं इस पूरी नस्ल बारे। बाबा जी वाहिगुरु जी का खालसा वाहिगुरु जी फतेह। बाबा जी गल करिए ते ਇਹ ਬਚਪਨ ਤੋਂ ਹੀ ਤੁਹਾਨੂੰ ਦੱਸ ਪਿਆ ਵੀ ਇਸ ਤਰ੍ਹਾਂ ਦਾ ਬਣੂਗਾ ਕਿ ਜਾਂ ਬਾਅਦ ਚ ਦੱਸਿਆ? ਹਾਂਜੀ, ਇਹ ਬਚਪਨ ਤੋਂ ਜੀ ਬਹੁਤ ਤਗੜਾ ਸੀ ਤੇ ਮੈਂ ਵੀ ਚੰਗੀ ਜਵਾਨ ਸੀ। ਹਾਂਜੀ ਹਾਂਜੀ, ਇਹ ਜੀ ਸੁਲਤਾਨ ਦਾ ਭਟੀਆ ਭਰਾ ਸੀ, ਬੁੱਢੇ ਖੜਿਆਲ ਦਾ, ਤੇ ਸੁਲਤਾਨ ਦਾ ਇਹਦੇ ਬਾਪ ਦਾ ਨਾਂ ਹੈ, ਇਹਦਾ ਨਾਂ ਸੁਲਤਾਨ ਦੀ ਕਿੰਗ ਹੈ। ਸੁਲਤਾਨ ਦੀ ਕਿੰਗ, ਹਾਂਜੀ। ਤੇ ਬਾਬਾ ਜੀ ਇਹਦੇ ਜੇ ਭਾਰ ਦੀ ਗੱਲ ਕਰੀਏ ਤੇ ਇਹਦਾ ਵਜ਼ਨ ਕਿੰਨਾ ਕਦੀ ਤੋਲਿਆ? ਵਜ਼ਨ 3.5 ਸਾਲ ਦਾ ਹੋ ਗਿਆ, 13/9/2018 ਜਨਮ ਇਹਦਾ। ਇਹਦਾ ਵਜ਼ਨ ਹੋ ਗਿਆ 12 ਕੁਇੰਟਲ। ਹਾਂਜੀ। ਤੇ ਇਹਨਾਂ ਨੂੰ ਫਿਰ ਪ੍ਰਦਰਸ਼ਨੀ ਕਿੱਥੇ ਕਿੱਥੇ ਤੱਕ ਹੁਣ ਤੱਕ ਲੈ ਕੇ? ਇਹ ਤੇ ਜਗਰਾਉ ਮੇਲੇ ਤੇ ਗਏ ਹਾਂ, ਇੱਥੇ ਆਏ ਹਾਂ। ਜਿਸ ਤਰ੍ਹਾਂ ਹੁਣ ਡਾਕਟਰ ਸਾਹਿਬ ਆਪਾਂ ਨੂੰ ਗਾਂ ਸਲੂਟ ਕਰਨਗੇ, ਉਸ ਤਰ੍ਹਾਂ ਜਾਣਾ ਪੈਣਾ। ਜੇ ਹੁਣ ਇਹਦੀ ਖੁਰਾਕ ਦੀ ਗੱਲ ਕਰੀਏ ਤੇ ਇਹਨੂੰ ਖਵਾਉਂਦੇ ਕੀ ਹੋ? ਖੁਰਾਕ ਦੀ 4 ਕੁਇੰਟਲ ਮਹੀਨਾ ਵੰਡਿਆ। ਅੱਛਾ, 4 ਕੁਇੰਟਲ ਪੱਕਾ ਵੰਡ, 10 ਕਿਲੋ ਰੋਜ਼ ਦਾ। 10 ਕਿਲੋ ਰੋਜ਼, ਹਾਂਜੀ। ਹੋਰ ਵੰਡ ਤੋਂ ਇਲਾਵਾ ਵੀ ਕੋਈ ਚੀਜ਼ ਖਵਾਉਂਦੇ? ਰੰਗ ਤੋਂ ਦੇਸੀ ਘਿਓ ਤੇ ਲਿਵਰ 52 ਤੇ ਵਿਟਾਮਿਨ ਐਚ, ਇਹ 3 ਚੀਜ਼ਾਂ ਵੱਖਰੀਆਂ। ਅੱਜ ਇੱਥੇ ਇਹਨੂੰ ਕਿਸ ਵਾਸਤੇ ਲਾਏ ਹੋ? ਪ੍ਰਦਰਸ਼ਨੀ ਵਾਸਤੇ ਲੈ ਕੇ ਆਏ ਹੋ ਜਾਂ ਕੋਈ ਹੋਰ ਡਾਕਟਰਾਂ ਨਾਲ? ਇੱਥੇ ਜੀ ਆ ਸਾਡਾ ਚੱਲ ਰਿਹਾ ਕੰਮ ਆਪਣੇ ਸਰਕਾਰੀ ਡਾਕਟਰਾਂ ਨਾਲ। ਅੱਛਾ, ਇਹ ਬੂਹ ਵਾਲਿਆਂ ਨਾਲ ਤੇ ਲੁਧਿਆਣੇ, ਤੁਹਾਨੂੰ ਪਤਾ ਹੋਣੇ, ਆਏ ਟੈਸਟ ਕਰਕੇ ਗਏ ਤੇ ਸੈਂਪਲ ਲੈ ਗਏ ਆ। ਅੱਛਾ, ਇਹ ਆਪਾਂ ਚਲੋ ਗਵਰਨਮੈਂਟ ਮਾਰ ਸੱਚੇ ਪਾਤਸ਼ਾਹ ਚਾਹਾਂਗੇ, ਗਵਰਨਮੈਂਟ ਲੈ ਜੇ ਤਾਂ ਕੋਈ ਗੱਲ ਨਹੀਂ, ਮਗਾ ਬੱਚੇ ਚੰਗੇ ਫਲ ਚੰਗੇ ਲੈਣ। ਬਿਲਕੁਲ, ਹਾਂਜੀ ਹਾਂਜੀ। ਤੇ ਤੁਹਾਨੂੰ ਕਿਵੇਂ ਇਹੋ ਜਿਹਾ ਸ਼ੌਂਕ ਪਿਆ? ਲੋਕ ਅੱਜ ਕੱਲ ਪਾਲਦੇ ਨਹੀਂ ਵੈਸੇ? ਨਹੀਂ, ਸ਼ੌਂਕ ਜੀ ਸਾਨੂੰ 32 ਸਾਲ ਤੋਂ ਸ਼ੌਂਕ ਹੀ ਸ਼ੌਂਕ ਆ। ਮੈਂ ਗੁਜਰਾਤ 'ਚ ਨੌਕਰੀ ਕਰਦਾ ਹਾਂ, ਬੱਚਾ ਇੱਥੇ ਹੀ, ਬੱਚਾ USA ਚਲ ਗਿਆ, ਫਿਰ ਵੀ ਆਪਾਂ ਨੂੰ ਸ਼ੌਂਕ ਪੂਰਾ ਆਏ ਤਾਂ ਇਹਨਾਂ ਨਾਲ ਸ਼ੌਂਕ ਪੂਰਾ। ਹਾਂਜੀ ਹਾਂਜੀ। ਹੋਰ ਵੀ ਇਸ ਤੋਂ ਇਲਾਵਾ ਜੇ ਘਰ 'ਚ ਜਾਣਾ? ਹਾਂਜੀ ਹਾਂਜੀ, 3 ਬਈਆਂ ਹੈ, 16-16 ਟਸਾਰ ਦੀ ਟਵਾਲੀਆਂ, 2 ਝੋਟੀਆਂ, 1 ਕੱਟਾ ਹੈ, ਅਜੇ ਸਾਲ ਦਾ ਨਹੀਂ ਹੋਇਆ। ਅੱਛਾ, ਹਾਂਜੀ। ਅੱਛਾ ਜੇ ਕੋਈ ਨਾਮ ਕਨਾਮ ਦੀ ਗੱਲ ਕਰੀਏ ਤੇ ਕੋਈ ਨਾਮ ਕਨਾਮ ਵੀ ਜਿੱਤਿਆ ਨੇ? ਨਾਮ ਅਜੇ ਨਹੀਂ, ਅਜੇ 3.5 ਸਾਲ ਦਾ ਹੋਇਆ, ਅਜੇ ਸਿਮਨ ਅਜੇ ਤਿਆਰ ਕਰਨੇ ਆ, ਮੇਲਾ ਦੇਖ ਕੇ ਆ ਜਗਰਾਉਣ ਵਾਲਾ, ਅਜੇ ਕੋਈ ਮੇਲਾ ਨਹੀਂ ਆਇਆ। ਸਿਮਨ ਤਿਆਰ ਹੋਏ ਨਹੀਂ ਪਹਿਲਾਂ ਇਹਦੇ? ਨਹੀਂ, ਸਿਮਨ ਅਸੀਂ ਤਿਆਰ ਕਰਵਾਏ, ਟੈਸਟ ਕਰਵਾ ਕੇ ਕਰਵਾ ਲਿਆ। ਇਹਦੇ ਵਿੱਚੋਂ ਜੀ 500 ਸਿਮਨ ਜ਼ਿਆਦਾ ਵੇਚ ਕੇ ਆਏ ਤੇ ਅਸੀਂ ਕਰਾਇਆ ਸੀ 1100, ਉਹਦੇ ਵਿੱਚੋਂ 500 ਰਹਿ ਗਿਆ। ਹਾਂਜੀ, ਜੇ ਤੁਹਾਨੂੰ ਇਹਨਾਂ ਕਿਸੇ ਵੇਖਣ ਆਉਣਾ ਹੋਵੇ ਕੋਈ ਪਤਾ ਸਾਰਾ ਸਾਡੇ ਦਰਸ਼ਕਾਂ ਨੂੰ? ਸਾਡਾ ਪਿੰਡ ਜੀ ਕੱਚਾ ਪੱਕਾ, GT ਹਾਈਵੇ ਰੋਡ, ਹਰੀਕੇ ਭਿੱਖੀ ਵੰਡਾ, ਉੱਤੇ ਮਾਲਡਾ ਬੋਰਡ ਲੱਗਾ ਵਾ, ਕੱਚੇ ਪੱਕੇ ਦਾ ਮਾਲੀ ਹੈ, ਤਰਨ ਤਾਰਨ ਜ਼ਿਲ੍ਹਾ ਤਰਨ ਤਾਰਨ। ਤੇ ਇਸ ਤੋਂ ਇਲਾਵਾ ਹੋਰ ਡਾਕਟਰਾਂ ਨੂੰ ਤੁਸੀਂ ਦਿਖਾਇਆ, ਇਹਦੇ ਟੈਸਟ ਵਗੈਰਾ ਲਏ ਉਹਨਾਂ ਨੇ? ਹਾਂਜੀ। ਤੇ ਕੁਝ ਦੱਸਿਆ ਉਹਨਾਂ ਨੇ? ਨਹੀਂ, ਉਹਨਾਂ ਕੀ ਉਹਨਾਂ ਟੈਸਟ ਕਰਨ ਆਏ ਸੀ, ਉਹਨਾਂ ਕਿਹਾ ਸਾਨੂੰ ਪਸੰਦ ਆ, ਪਾਸ ਆ, ਕੋਈ ਗੱਲ ਨਹੀਂ, ਕਿਹਾ ਵੀ ਡਾਕਟਰ ਇਹਨਾਂ ਸਾਡੇ ਬੂਹ ਵਾਲਿਆਂ ਡਾਕਟਰ ਨੇ ਸਹਿਯੋਗ ਦਿੱਤਾ ਹੈ, ਇਹਨਾਂ ਸਾਨੂੰ ਜਿੱਥੇ ਕਿੱਥੇ ਫੋਰਵਰਡ ਕਰਨਾ ਹੈ ਪ੍ਰੋਮੋਟ ਕਰਨਾ ਇਹਨਾਂ ਨੇ। ਹਾਂਜੀ ਹਾਂਜੀ, ਇਹਨੂੰ ਡਾਕਟਰ ਸਾਹਿਬ ਪ੍ਰਮੋਟ ਆਪ ਕਰਦੇ ਹਾਂ ਜੀ। ਅੱਛਾ ਅੱਛਾ, ਹੋਰ ਇਸ ਤੋਂ ਇਲਾਵਾ ਕੋਈ ਖਾਸ ਇਹਦੀ ਖਾਸੀਅਤ? ਖਾਸ ਵਧੀਆ ਜੀ, ਇਹਦੀ ਮਾਂ ਦਾ ਦੁੱਧ 18 ਲੀਟਰ ਪ੍ਰੈਸ ਦੁੱਧ ਸੀਗਾ, ਤੇ ਮਾਂ ਦਾ ਕੱਦ ਪੂਰਾ ਜੀ 6 ਫੁੱਟ ਐਡ ਹੋ ਗਈ ਆ, 9.5 ਫੁੱਟ ਲੰਬਾਈ ਆ, 8.5 ਫੁੱਟ ਕਲਾਈ ਇਹਦੀ ਜੀ। ਹਾਂਜੀ, ਤੇ ਬਾਬਾ ਜੀ ਇਹਨੂੰ ਫਿਰ ਇਹ ਖੁਰਾਕਾਂ ਤੁਸੀਂ ਖਵਾਉਂਦੇ ਹੋ, ਖਰਚਾ ਆਉਂਦਾ, ਘਰ ਦੇ ਸਪੋਰਟ ਕਰਦੇ? ਖਰਚੇ ਦੀ ਕੋਈ ਗੱਲ ਨਹੀਂ, ਆ ਬਦਰਾ ਮੁੰਡੇ ਬਾਹਰੋਂ ਪਾਉਣ ਡਿਆ, ਕੋਈ ਗੱਲ ਹੀ ਨਹੀਂ, ਬਾਹਰੋਂ ਅਮਰੀਕਾ 'ਚ ਪਾਸੇ ਆਉਂਦੇ ਵਾਧੂ ਚਾਹੀਦਾ, ਕੋਈ ਗੱਲ ਨਹੀਂ। ਬਹੁਤ ਲੋਕ ਤਾਂ ਇਹ ਕਹਿੰਦੇ ਫੰਡਰ ਮੱਝ ਨੂੰ ਪੱਠੇ ਨਹੀਂ ਪੈਂਦੇ? ਨਹੀਂ, ਮੈਂ ਤਾਂ ਸਾਰਿਆਂ ਨੂੰ ਵੰਡ ਪਾਈ ਇਹਨਾਂ ਨੇ, ਐਡੀ ਪਰਵਾਹ ਨਹੀਂ ਕਰਦੀ ਹੁੰਦੀ, ਐਡੀ ਪਰਵਾਹ ਨਹੀਂ। ਹਾਂ, ਸਾਡੇ ਫੰਡਰ ਮੱਝ ਨੂੰ ਕੋਈ ਪੱਠੇ ਨਹੀਂ ਪਾਉਂਦਾ, ਇਹ ਤਾਂ ਆਮ ਗੱਲ ਨਹੀਂ, ਜਦੋਂ ਜਾਨਵਰ ਚੰਗਾ ਘਰ ਆ ਜਾਂਦਾ ਆਪਣੇ ਆਪ ਪੱਠੇ ਪਾਉਣ ਨੂੰ ਜੀ ਕਰਦਾ ਵਾ। ਹਾਂਜੀ ਹਾਂਜੀ। ਤੇ ਕਦੀ ਬਾਬਾ ਜੀ ਹੋਰ ਵੀ ਕੋਈ ਲੋਕ ਵੇਖਣ ਆਉਂਦੇ ਇਹਨੂੰ? ਇਹਦੇ ਮੇਲੇ ਹੀ ਲੱਗੇ ਦੇ ਘਰ, ਮੇਲੇ ਲੱਗੇ ਨੇ? ਹਾਂਜੀ ਹਾਂਜੀ। ਕਿੰਨੇ ਕੁ ਲੋਕ ਆਉਂਦੇ? ਨਹੀਂ, ਬਹੁਤ ਜੀ ਲੋਕ ਰੋਜ਼ ਦੇ, ਪਹਿਲਾਂ ਜਦੋਂ ਨੈਟ ਤੇ ਪਾਏ ਉਦੋਂ ਤਾਂ ਗੱਡੀਆਂ ਆਉਂਦੀਆਂ ਸੀ, ਦੇ ਆਉਂਦੀਆਂ 4-4, 5-5। ਅੱਛਾ ਅੱਛਾ, ਹੁਣ ਤਾਂ ਆਪਣਾ ਪਿਆ ਰਾਜਸਥਾਨ, ਸਾਰਾ ਜਿਹਾ ਹਰਿਆਣਾ ਪੂਰਾ ਯਾਦ ਕਰਦਾ ਇਹਨਾਂ ਮਾਲੀ। ਸੋ ਇਹ ਬਾਬਾ ਜੀ ਨੇ ਜੋ ਕੱਚੇ ਪੱਕੇ ਪਿੰਡ ਤੋਂ ਇਹ ਸਪੈਸ਼ਲ ਮੇਲੇ ਦੇ ਵਿੱਚ ਲੈ ਕੇ ਆਏ ਨੇ,
पूरा खिच का केंद्र बनया हो लोग आते हैं फोटो खिचा के जा रहे हैं तुम देख रहे हो कि मेला लगा हुआ तो बाबा जी कहते अज भी घर भी मेला ही लगा रहा जो भी कोई आंता फोटो खिचा के जाते हैं नौजवान आते हैं पसंद करते हैं जोड़े पशु पालन का काम करते हैं लोग अज की एयरपोर्ट बनाने का साडा मकसद यही कि तुम्हें कोई चंगी चीज़ा दिखाइए होर बहुत कुछ इतने वेखन वास्ते वो भी तुम दिखावे जुड़े रहना साढ़े सुरखाब टीवी तरन तारण धन्यवाद।